ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸੀਂ ਪੰਜਾਬੀ ਵਿਰਸਾ ਕਾਊਂਟਰ ਤੋਂ ਅੱਜ ਫਿਰ ਤੁਹਾਡੇ ਵਾਸਤੇ ਸੂਟਸ ਦੀ ਕਲੈਕਸ਼ਨ ਲੈ ਕੇ ਆਏ। ਜਿਹੜੇ ਅੱਜ ਵਾਲੇ ਸੂਟ ਇਹ ਵੀ ਆਪਣੇ ਡਿਸਪੈਚ ਹੋ ਰਹੇ ਸੀਗੇ। ਐਂਡ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ, ਕਿਉਂਕਿ ਮੇਰੀ ਹਰੇਕ ਵੀਡੀਓ 'ਚ ਇੱਕ ਇੱਕ ਚੀਜ਼ ਪੂਰੀ ਡੀਪਲੀ ਐਕਸਪਲੇਨ ਕੀਤੀ ਹੁੰਦੀ ਆ। ਐਂਡ ਕਿਸੇ ਨੂੰ ਕੋਈ ਕੁਐਸਚਨ ਕੁਆਰੀ ਹੁੰਦਾ, ਮੇਰਾ ਵਟਸਐਪ ਨੰਬਰ ਗਿਵਨ ਹੁੰਦਾ ਵੀਡੀਓ 'ਚ ਵੀ, ਡਿਸਕ੍ਰਿਪਸ਼ਨ ਬਾਕਸ 'ਚ ਵੀ ਮੇਰਾ ਵਟਸਐਪ ਨੰਬਰ ਗਿਵਨ ਹੈ। ਤੁਸੀਂ ਕਾਲ ਕਰਕੇ ਵੀ ਐਂਡ ਮੈਸੇਜ ਕਰਕੇ ਆਪਣੇ ਸਾਰੇ ਡਾਊਟਸ ਕਲੀਅਰ ਕਰ ਸਕਦੇ ਹੋ। ਮੇਰਾ ਇੰਸਟਾਗ੍ਰਾਮ ਅਕਾਊਂਟ ਵੀ ਡਿਸਕ੍ਰਿਪਸ਼ਨ ਬਾਕਸ 'ਚ ਮੈਨਸ਼ਨ ਹੈ, ਉੱਥੇ ਲਿੰਕ ਮੈਨਸ਼ਨ ਆ। ਉੱਥੇ ਵੀ ਡੇਲੀ ਅਪਡੇਸ਼ਨਸ ਹੁੰਦੀਆਂ ਸੂਟ, ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰਕੇ ਸੂਟ ਸਾਰੇ ਚੈੱਕ ਕਰ ਸਕਦੇ ਹੋ। ਜਿਹੜੀ ਆਪਣੀ ਇਹ ਸ਼ਰਟ ਹੈ, ਇਹ ਹੈਗੀ ਆ ਨਿਊਡ ਜੀ ਪਿੰਕ ਟੋਨ 'ਤੇ ਹੈ ਐਂਡ ਸਾਂਟਨ ਸਟੱਫ 'ਤੇ। ਇਹ ਇਹਦੇ ਕੋਰਨਰਸ ਬਣੇ ਹੋਏ ਆ, ਇਹਦੇ 'ਤੇ ਬਾਦਲਾ ਵਰਕ ਹੋਇਆ ਹੋਇਆ ਨਾਲ ਸਿਲਵਰ ਐਂਡ ਗੋਲਡਨ ਕੋਂਬੀਨੇਸ਼ਨ 'ਚ। ਇਹ ਕੋਰਨਰਸ ਹੈ, ਇੱਕ ਕੋਰਨਰ ਇਹ ਹੈ, ਮਤਲਬ ਦੋਨੋਂ ਕੋਰਨਰਸ 'ਤੇ ਇੱਦਾਂ ਵਰਕ ਹੋਇਆ ਹੋਇਆ ਇਹਦੇ, ਠੀਕ ਹੈ। ਇਹ ਇਹਦੇ ਨੈੱਕ ਆਉਂਦੀ ਹੈ, ਬੋਟਮ ਨੈੱਕ ਰੱਖ ਕੇ ਫਿਰ ਆਪਾਂ ਨੇ ਇੱਥੇ ਬੌਂਚ ਦਿੱਤਾ, ਇੱਦਾਂ ਵਰਕ ਕੀਤਾ ਹੋਇਆ। ਐਂਡ ਇਹ ਇਹਦੀ ਹੈਗੀਆਂ ਸਲੀਵਸ, ਬਹੁਤ ਹੀ ਸੋਹਣਾ ਐਲੀਗੈਂਟ ਜਿਹਾ ਪੀਸ ਬਣਿਆ। ਜਿਹੜੇ ਇਹਦੇ ਸਲੀਵਸ ਹੈ ਨਾ, ਇੱਥੇ ਇੱਕ ਵੇਲ ਆਉਂਦੀ ਹੈ ਪਹਿਲਾਂ, ਆਹ ਦੇਖੋ, ਆਹ ਇੱਥੇ ਵੇਲ ਆਉਂਦੀ ਹੈ, ਦੈਨ ਉੱਪਰ ਸ਼ੋਲਡਰ 'ਤੇ ਇੱਕ ਫਲਾਵਰ ਆਉਂਦਾ, ਇਹ ਵਾਲਾ ਫਲਾਵਰ ਆਪਣਾ ਸ਼ੋਲਡਰ 'ਤੇ ਆਏਗਾ। ਅਤੇ ਇਹਦੀ ਬੈਕ ਬਹੁਤ ਸੋਹਣਾ ਵਰਕ ਬੈਕ 'ਤੇ ਦਿੱਤਾ, ਬੈਕ ਬਹੁਤ ਸੋਹਣੀ ਹੈ ਇਹਦੀ। ਇਹ ਸਾਰਾ ਵਰਕ ਇਹਦਾ ਹੈਵੀ ਵਰਕ ਬੈਕ 'ਤੇ ਦਿੱਤਾ। ਇੱਦਾਂ ਆਪਾਂ ਸਪੈਰੋਸ ਨੇ, ਸਪੈਰੋਸ ਹੈਂਡ ਵਰਕ ਨਾਲ ਸਾਰੇ ਬਣੇ ਹੋਏ ਆ ਪ੍ਰੋਪਰ, ਹੈ ਨਾ, ਪਰ ਡੀਸੈਂਟ ਜਿਹਾ ਵਰਕ ਹੈ। ਬਸ ਆਪਾਂ ਨੇ ਮਟੀਰੀਅਲ ਸਪੈਰੋ 'ਤੇ ਯੂਜ਼ ਕੀਤਾ, ਬਾਕੀ ਸਾਰੇ 'ਤੇ ਕੋਈ ਮਟੀਰੀਅਲ ਨਹੀਂ ਯੂਜ਼ ਕੀਤਾ, ਜਿਹੜਾ ਈਜ਼ੀ ਰਹਿੰਦਾ ਵਾਸ਼ ਕਰਨਾ ਵੀ ਐਂਡ ਕੈਰੀ ਕਰਨਾ ਵੀ। ਇਹ ਦੇਖੋ, ਇਹਦੀ ਬੈਕ ਦੀ ਲੁੱਕ ਹੈ, ਬਹੁਤ ਸੋਹਣੀ ਲੁੱਕ ਆਉਂਦੀ ਹੈ ਬੈਕ ਦੀ ਵੀ। ਇਹਦੀ ਬੈਕ 'ਤੇ ਵਰਕ ਹੈ, ਗੋਲਡਨ ਐਂਡ ਸਿਲਵਰ ਦਾ ਕੋਂਬੀਨੇਸ਼ਨ ਦਿੱਤਾ ਪਿੰਕ ਟੋਨ 'ਤੇ। ਐਂਡ ਇਹਦਾ ਦੁਪੱਟਾ ਪੈਰਟ ਦੁਪੱਟਾ ਕੀਤਾ, ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ। ਦੁਪੱਟੇ ਦੇ ਛੋਟੇ ਪੱਲੇ 'ਤੇ ਆਪਾਂ ਨੇ ਇੱਦਾਂ ਦੀ ਇੰਬੋਡਰੀ ਦਿੱਤੀ ਹੋਈ ਆ, ਇਹ ਦੇਖੋ, ਇਹ ਛੋਟੇ ਪੱਲੇ 'ਤੇ ਹੁੰਦੀ, ਇੱਕ ਵੇਲ ਆ ਕੇ ਦੈਨ ਇੱਕ ਬੰਚ ਹੁੰਦਾ, ਦੈਨ ਇੱਕ ਲਾਈਨ ਫੇਰ ਵੇਲ ਐਂਡ ਬੰਚ ਦੀ ਆ, ਵਿੱਚ ਸਾਰੀਆਂ ਬੂਟੀਆਂ ਦਿੱਤੀਆਂ ਹੋਈਆਂ, ਗੋਲਡਨ ਐਂਡ ਸਿਲਵਰ ਬੂਟੀ ਦਿੱਤੀ ਹੋਈ ਆ ਦੁਪੱਟੇ 'ਤੇ। ਇਹ ਇਹਦਾ ਦੁਪੱਟੇ ਦੀ ਲੁੱਕ ਇੱਦਾਂ ਆਉਂਦੀ ਆ, ਸੂਟ ਦੀ ਐਵੇਂ ਲੁੱਕ ਆਉਂਦੀ ਆ ਪ੍ਰੋਪਰ। ਇਹ ਆਪਣੀ ਸ਼ਰਟ ਐਂਡ ਦੁਪੱਟਾ ਹੀ ਰੈਡੀ ਹੋ ਕੇ ਜਾ ਰਿਹਾ, ਕਿਉਂਕਿ ਇਹਦੀ ਮੈਂ ਸਕਰਟ ਪਹਿਲਾਂ ਰੈਡੀ ਕਰਕੇ ਉਹਨਾਂ ਨੂੰ ਭੇਜਦੀ ਸੀ, ਜੋ ਕਿ ਸਿਲਵਰ ਕਲਰ ਦੀ ਸੀ, ਮਤਲਬ 3D ਸੂਟ ਬਣਿਆ, ਸਿਲਵਰ ਸ਼ਰਟ ਸੀ, ਪਿੰਕ ਆਹ ਸ਼ਰਟ ਹੈ ਐਂਡ ਪੈਰਟ ਦੁਪੱਟਾ, ਬੜਾ ਡੀਸੈਂਟ ਜਿਹਾ ਕੋਂਬੀਨੇਸ਼ਨ ਹੈ ਦੋਨੋਂ ਸੀਜ਼ਨ ਚੱਲਣ ਵਾਲਾ। ਇਹਦੀ ਐਗਜੈਕਟ ਲੁੱਕ ਆਉਂਦੀ ਆ। ਜਿਹੜਾ ਨੈਕਸਟ ਸੂਟ ਹੈ ਆਪਣਾ, ਉਹ ਵੀ ਨਿਊਡ ਪਿੰਕ 'ਤੇ ਆ, ਇਹ ਹੈਗਾ ਸੈਲਫ ਲਾਈਨ ਵਾਲੀ ਜਾਰਜਟ 'ਤੇ, ਇਹ ਸਾਰਾ ਇੰਬੋਡਰੀ ਹੋਈ ਹੋਈ ਆ, ਇਹ ਦੇਖੋ ਸਾਰਾ ਪਿੱਟਾ ਵਰਕ ਹੋਇਆ। ਇਹ ਆਉਂਦਾ ਵਰਕ ਸਲੀਟਸ ਕੋਲ, ਜਿਵੇਂ ਤੁਹਾਨੂੰ ਇੱਥੋਂ ਆਈਡੀਆ ਹੋ ਜਾਏਗਾ ਆਪਣਾ ਘੇਰ ਹੈਗਾ, ਘੇਰ ਥੋੜ੍ਹਾ ਸਪੇਸ ਛੱਡ ਕੇ ਐਵੇਂ ਸਲੀਟਸ ਕੋਲ ਵਰਕ ਹੁੰਦਾ ਇਹ ਵਾਲਾ ਸਾਰਾ, ਇਹ ਸਾਰਾ ਸਲੀਟਸ 'ਤੇ ਵਰਕ ਹੈ, ਠੀਕ ਹੈ, ਦੋਨੋਂ ਸਲੀਟਸ 'ਤੇ ਸੇਮ ਵਰਕ ਹੋਇਆ ਹੋਇਆ, ਦੋਨੋਂ ਸਲੀਟਸ 'ਤੇ ਸੇਮ ਵਰਕ ਹੋਇਆ ਹੋਇਆ। ਦੈਨ ਇਹ ਆਪਣਾ ਨੈਕ ਬਣਿਆ ਹੋਇਆ ਔਰਗੈਂਜ਼ਾ ਲਗਾ ਕੇ, ਇਹਦੀ ਸਲੀਵਸ 'ਤੇ ਵੀ ਬਹੁਤ ਸੋਹਣਾ ਵਰਕ ਦਿੱਤਾ ਹੋਇਆ, ਦੇਖੋ ਆਹ ਇਹਦੀ ਸਲੀਵਸ 'ਤੇ ਵਰਕ ਹੁੰਦਾ। ਐਂਡ ਇਹ ਇਹਦੀ ਬੈਕ 'ਤੇ ਵਰਕ ਹੁੰਦਾ, ਬੈਕ 'ਤੇ ਵੀ ਆਪਾਂ ਨੇ ਪੰਚ ਦਿੱਤਾ ਹੋਇਆ, ਇਹ ਪ੍ਰੋਪਰ ਬੈਕ 'ਤੇ ਵਰਕ ਹੈ। ਇਹ ਚੀਜ਼ ਬੋਟਮ 'ਤੇ ਆਉਂਦੀ ਹੈ, ਇਹਦੇ ਸਾਰੇ ਜ਼ਿਗਜ਼ੈਗ ਦੀ ਲਾਈਨਸ। ਇਹਦੇ ਨਾਲ ਵੀ ਆਪਾਂ ਨੇ ਕੰਟਰਾਸਟ ਦੁਪੱਟਾ ਕੀਤਾ, ਮਤਲਬ ਜਿੰਨੇ ਵੀ ਕੋਂਬੀਨੇਸ਼ਨ ਨੇ ਨਾ, ਬੜੇ ਡੀਸੈਂਟ ਜਿਹੇ ਕੋਂਬੀਨੇਸ਼ਨ ਨੇ, ਸੋਬਰ ਜੇ ਆਪਾਂ ਕਹਿ ਦਈਏ ਨਾ, ਹਰੇਕ ਜਗ੍ਹਾ 'ਤੇ ਵੇਅਰ ਕਰਨ ਵਾਲੇ। ਕੋਰਨਰਸ 'ਤੇ ਆਪਾਂ ਨੇ ਟੇਢੀਆਂ ਲਾਈਨਸ ਦਿੱਤੀਆਂ ਹੋਈਆਂ, ਆਹ ਕੋਰਨਰਸ 'ਤੇ ਮਟਰ ਮਾਲਾ ਦੀ ਟੇਢੀਆਂ ਲਾਈਨਸ ਦਿੱਤੀਆਂ, ਵਿੱਚ ਇਹਦੀ ਬੂਟੀ ਦਿੱਤੀ ਹੋਈ ਆ, ਠੀਕ ਹੈ। ਹਾਂ ਦੇਖੋ, ਸਾਰੀ ਵਿੱਚ ਬੂਟੀ ਦਿੱਤੀ ਹੋਈ, ਪਿੱਟਾ ਵਰਕ ਹੋਇਆ ਹੋਇਆ। ਐਂਡ ਇਹ ਇੱਥੇ ਕੱਟ ਵਰਕ ਆ ਜਾਂਦਾ ਸਾਰਾ। ਜਿਹੜਾ ਇਹ ਸੂਟ ਇਹ ਆਪਣਾ ਬਣਿਆ ਹੋਇਆ ਕ੍ਰਾਂਚੀ ਚਾਰਜਟ ਉੱਤੇ, ਇਹਦੇ 'ਚ ਰਿਫਲੈਕਸ਼ਨ ਬਹੁਤ ਸੋਹਣੀ ਆਉਂਦੀ ਹੁੰਦੀ ਹੈ, ਕਲਰ ਬੜਾ ਵਧੀਆ ਹੁੰਦਾ। ਬੋਟਲ ਗ੍ਰੀਨ ਐਂਡ ਗ੍ਰੀਨਿਸ਼ ਟੋਨ ਦੀ ਰਿਫਲੈਕਸ਼ਨ 'ਚ ਸੂਟ ਬਣਿਆ ਹੋਇਆ, ਸਾਰਾ ਆਰੀ ਵਰਕ ਹੋਇਆ ਹੋਇਆ। ਇਹ ਨੈੱਕ ਲਾਈਨ ਬਣੀ ਹੋਈ ਹੈ, ਦੈਨ ਇਹ ਨੀਚੇ ਤੱਕ ਇੱਦਾਂ ਵਰਕ ਆ ਰਿਹਾ, ਵਿੱਚ ਸਾਰੀ ਬੂਟੀ ਬਣੀ ਹੋਈ ਹੈ ਸ਼ਰਟ 'ਤੇ। ਸੇਮ ਥਿੰਗ ਇਹਦੇ ਘੇਰੇ 'ਤੇ ਆ, ਸੇਮ ਹੀ ਉਹੀ ਬੋਰਡਰ ਘੇਰੇ 'ਤੇ ਹੁੰਦਾ ਆ ਵਾਲਾ। ਐਂਡ ਇਹਦੀਆਂ ਸਲੀਵਸ ਥੋੜ੍ਹੀਆਂ ਜਿੱਦਾਂ ਹੈਵੀ ਵਰਕ ਕੀਤਾ ਹੋਇਆ, ਇਹ ਇੰਨਾ ਪਹਿਲਾਂ ਬੋਰਡਰ ਆਉਂਦਾ ਸਲੀਵਸ 'ਤੇ, ਇਹ ਦੇਖੋ, ਦੈਨ ਹੈਵੀ ਬੂਟੀ ਆਉਂਦੀ ਹੈ ਸਲੀਵਸ 'ਤੇ, ਲੈਂਥ ਤੱਕ ਬੂਟੀ ਆਉਂਦੀ ਹੈ ਵਾਲੀ, ਵੀ ਜਿੰਨੀ ਆਪਣੀ ਲੈਂਥ ਹੈ ਉਹੀ ਇੱਦਾਂ। ਨਾਲ ਇਹਦੇ ਨਾਲ ਔਰਗੈਂਜ਼ਾ ਦਾ ਦੁਪੱਟਾ, ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ, ਐਂਡ ਸਲਵਾਰ ਆ,
जे तुसी सलवार ते वर्क ऐड ऑन करवाना चाहते हो तो करा सकते हो। जिहड़ा नैक्सट सूट है अपना वो अपना अगेन टिशू फैब्रिक ते टिशू मेरा बहुत ज़्यादा हॉट सेलिंग च जांदा हैगा। ए दी बॉटम है डाई करवाया टिशू लास्ट टाइम अपना गोल्डन च बनिया सीगा। एंड ए आया शर्ट, शर्ट ते अपने घेरे ते वर्क किया होया एक घेरे ते वर्क होया होया दैन विच सारे बुटी है एंड स्लिट्स ते भी सेम वर्क है घेरे एंड स्लिट्स से वर्क ऑन द फ्रंट साइड ओनली ये बुटी दिती हुई है। स्लीव्स से भी सेम सेम बॉर्डर है विच बुटी है यही बॉर्डर अपना सलवार से मैं दिखाया सी। एंड ये दुपट्टा ऑर्गेंजे का दुपट्टे दे फोर साइड बॉर्डर है ये मे बी ब्यूटी थोड़ा मोटा कलर का डिफरेंस आ जाता जिसमें आप कहते ना बावा जी टोन जा बदामी जहा रंग वो वाला कलर है ये ना ये पीच या ना ये ऑरेंज दोवों का मिक्सचर जी टोन है। दुपट्टे के फोर साइड इन्नी हैवी वेल होंगी है सारी फोर साइड वेल होंगी बिच बुटियां होंगे बड़ा ना सरदारी जहाँ डीसेंट जहा सूट है हरेक एज लिए परफेक्ट है। दुपट्टा ऑर्गेंजा ने लाइक करते चुनाव से भी बन सकता ये इदा की लुक होंगी है सूट की ये दुपट्टा होंगे एंड टिशू वाला यदा सूट आ ये अपना काफ़ी शेड्स रेडी हो भी रहा एंड होए भी है नाल दे ये टिशू डाइएबल है किसी भी कलर से डाई करवा सकते हो। जेड़ा नैक्सट सूट है अपना अगेन टिशू तो है बट ये प्लेन है प्लेन टिशू है ये आप सी ग्रीन जी टोन है एक राउंड का ठीक है। दैन ये शर्ट पर वर्क होया हुआ सारा ये फ्रंट ऑन द शर्ट का ये नैक पर वर्क होंदा ये आ नैक बनी हुई है मैं नीचो आ देखो ये नैक पर वर्क होंदा ये स्लीवस आ गई स्लीवस एक बंच होंदा एंड ये वर्क स्लीवस से होंदा बहुत सोहना सूट बने हुए है भी ये सलवार आ सलवार ये प्लेन ही है कोई एम्ब्रॉयडरी नहीं है बट तुसी ऐड करवा सकते हो अकॉर्डिंग टू मतलब थोड़ी चॉइस से आ सलवार एंड दुपट्टा भी इतना प्लेन है दुपट्टे से अगर वर्क ऐड ऑन कराना चाहते हो वर्क ऐड ऑन हो जाएगा। लास्ट टाइम जोड़े सूट अपने क्रे फैब्रिक बन के गए जिनी बार भी बन के गए इस बार अपने टिशू तो किया गोल्डन टिशू है डाई करवाया हुआ ता ही सैल्फ आ रही है बिच सारा हैंडवर्क होया हुआ मल्टी थ्रैड यूज किए सिप्पी दबका सारा हैंड का वर्क है एंड बैल शेप स्लीवस रखी हुई लास्ट टाइम इदा कि जी अपनी स्लीव से इदा नीचे हैंग कर दिया सके बट हूँ ये वाला बंच इन्होंने उपर करवाया हुआ इदा स्लीवस आ रही है स्लीवस हैवी है नैक हैवी है शर्ट के सारे फ्रंट से इदा लाइनस जा रही है छड़िया बनिया हुई पर्ल्स एंड दबके दिया सिंपल नहीं प्रॉपर वेल टाइप छड़ी बनी हुई है सारी लिटिल बिट ए लाइन रखी हुई है एंड ये दुपट्टा अपने हैवी किया पहला वाले ना दुपट्टे तो जस्ट लेस सी ये तो हूँ अपने जड़े छोटे पल्ले उससे प्रॉपर बॉर्डर दिता हुआ एंड हैंगिंग वाली लेस यूज की हुई है ऑप्शनल या हैंगिंग वाली करवानी है सिंपल है ना छोटे पल्ले हैवी आ विच सारे इदा स्ट्रेट छड़ी आ जाती है शर्ट नाल दी एंड जड़े दूजे लोंग साइड वाले पल्ले उन्होंने अपने छोटी लेस की फिनिशिंग दी हुई है नाल सेम ही सलवार आ। जो नैक्सट सूट है ये जो आप फैब्रिक्स दिखाते हैं उन्होंने बुक होया हुआ क्रेप स्टफ है सारा एम्ब्रॉयडरी हुई हुई है बिच ही आ एम्ब्रॉयडरी हुई हुई है एम्ब्रॉयडरी एंड प्रिंट ये भी सारा वर्क होया हुआ एंड ये आप दुपट्टे ते वर्क किया हुआ ये फोर साइड वेल दुपट्टे दिते हुई है डबल कट वर्क करके फोर साइड वेल दुपट्टे ते आंदी है सेम थिंग ही ये आप सलवार ते दिती है क्रेप की सलवार है आही सलवार ते आ यही फोर साइड दुपट्टे ते शर्ट भी फुल हैवी आ मतलब कैजुअल जी लुक च सूट हो गया गैट टू गैदर मतलब वास्ते बहुत वधिया है जिदा मर्जी कैरी करो हैंड वॉश भी कर सकते क्योंकि मशीनी वर्क होया हुआ। जड़ा नैक्सट सूट ये भी तुसी मेरा देखे होना ये सलवार ते वर्क किया हुआ मसलीन फैब्रिक ते आ ये अपना हैगा फ्रॉक सूट पहला ग्रीन कलर च बनया सीगा ये नैक ते वर्क होया हुआ एंड ये दी स्लीवस है स्लीवस ते वर्क किया हुआ ऑफ वाइट नाल कॉम्बीनेशन किया जो भी जो डल जहाँ ऑफ वाइट हों ना क्रीम जी टोन ओवल हैगा नैक एंड स्लीवस से वर्क है एंड फ्रॉक सूट बने हुआ इदा सारे प्लेट्स पा के और ये सलवार से वर्क है दुपट्टा यदा येलो एंड स्किन बेस्ड का टाई एंड टाई दुपट्टा है इस ना
ਜਿਹੜਾ ਆਪਣਾ ਇਹ ਸੂਟ ਹੈ ਇਹ ਤੁਸੀਂ ਮੇਰਾ ਕਾਫੀ ਮਤਲਬ ਡਿਜ਼ਾਈਨ ਦੇਖੇ ਹੋਣਾ ਕਾਫੀ ਸਟਫਸ ਤੇ ਇਸ ਵਾਰ ਆਪਣਾ ਕ੍ਰੇਪ ਤੇ ਬਣਿਆ ਹੋਇਆ ਐਂਡ ਇਹ ਬਰਾਊਨਿਸ਼ ਜਾਂ ਮਾਊਸ ਸ਼ੇਡ ਆ ਥੋੜਾ ਡਾਰਕ ਮਤਲਬ ਮੀਡੀਅਮ ਜੀ ਟੋਨ ਵਾਲਾ ਆ ਇਹਦੇ ਘੇਰੇ ਤੇ ਵਰਕ ਹੋਇਆ ਹੋਇਆ ਸਾਰਾ ਮਲਟੀ ਕਲਰ ਦੇ ਥਰੈਡ ਯੂਜ ਕਰਕੇ ਘੇਰੇ ਤੇ ਵਰਕ ਕੀਤਾ ਹੋਇਆ ਦੈਨ ਸਾਰੇ ਚੌਲ ਟੈਂਕੇ ਦੀ ਆ ਜਿੱਦਾਂ ਲਾਈਨਸ ਬਣ ਕੇ ਨਾ ਮਲਟੀ ਸ਼ੇਡ ਦੇ ਉੱਪਰ ਆ ਰਹੀ ਹੈ ਲੈਂਥ ਵਾਈਜ਼ ਇਹਦੀ ਸਲੀਵਸ ਤੇ ਵਰਕ ਹੋਇਆ ਹੋਇਆ ਠੀਕ ਹੈ ਐਂਡ ਇਹਦੇ ਦੁਪੱਟੇ ਤੇ ਵੀ ਆਪਾਂ ਨੇ ਕਟ ਵਰਕ ਦਿੱਤਾ ਪਿੰਕ ਕਲਰ ਦੇ ਕੰਬੀਨੇਸ਼ਨ ਨਾਲ ਔਰ ਇਹਦੇ ਸਲਵਾਰ ਤੇ ਵਰਕ ਆ ਸੇਮ ਚੀਜ਼ ਸਲਵਾਰ ਤੇ ਆ ਇਹ ਕਰੇਪ ਫੈਬਰਿਕ ਤੇ ਆ ਐਂਡ ਸੇਮ ਸੂਟ ਆਪਾਂ ਨੇ ਇੱਕ ਇਹਦੇ ਰੈਡੀ ਕੀਤਾ ਹੋਇਆ ਆਹੀ ਸੇਮ ਡਿਜ਼ਾਈਨ ਪਿੰਕ ਸ਼ੇਡ ਤੇ ਬਟ ਔਨ ਕਾਟਨ ਸਟੱਫ ਸੇਮ ਡਿਜ਼ਾਈਨ ਹੈ ਪਿੰਕ ਸ਼ੇਡ ਹੈ ਕਾਟਨ ਸਟੱਫ ਹੈ ਇਹਦਾ ਇੱਥੇ ਵੀ ਆਪਾਂ ਸੇਮ ਡਿਜ਼ਾਈਨਿੰਗ ਉੱਦਾਂ ਹੀ ਲਾਈਨਸ ਵਗੈਰਾ ਦਿੱਤੀਆਂ ਸਲੀਵ ਸੇਮ ਹੈ ਐਂਡ ਇਹ ਬੋਟਮ ਤੇ ਵਰਕ ਆਉਂਦਾ ਬਸ ਇਹ ਡਿਫਰੈਂਸ ਹੈ ਇਹਦਾ ਦੁਪੱਟਾ ਟਾਈ ਐਂਡ ਡਾਈ ਹੈ ਇਹਦੇ ਦੁਪੱਟੇ ਤੇ ਕਟ ਵਰਕ ਨਹੀਂ ਹੈ ਇਹਦਾ ਦੁਪੱਟਾ ਟਾਈ ਐਂਡ ਡਾਈ ਦੁਪੱਟਾ ਆਉਂਦਾ ਇੱਦਾਂ ਟਾਈ ਐਂਡ ਡਾਈ ਦੁਪੱਟਾ ਇਹਦੇ ਨਾਲ ਐਂਡ ਕਲਰ ਡਿਫਰੈਂਟ ਆ ਉਹਦੇ ਨਾਲੋਂ ਬਾਕੀ ਸਾਰਾ ਸੇਮ ਆ ਇਹ ਕਾਟਨ ਉੱਤੇ ਨੀਚੇ ਵਾਲਾ ਕਰੇਬ ਉੱਤੇ ਤਾਂ ਕਰਕੇ ਸਟੱਫ ਦੇ ਅਕੋਰਡਿੰਗ ਦੋਨੋਂ ਦੇ ਪ੍ਰਾਈਸ ਫਿਰ ਡਿਫਰੈਂਟ ਹੁੰਦੇ ਆ ਜਿਹੜੇ ਆਪਾਂ ਸਟੱਫ ਯੂਜ਼ ਕਰਾਉਂਦੇ ਹਾਂ ਉਸ ਅਕੋਰਡਿੰਗ ਪ੍ਰਾਈਸ ਹੁੰਦੇ ਆ ਜਿਹੜਾ ਨੈਕਸਟ ਸੂਟ ਆ ਇਹ ਵੀ ਤੁਸੀਂ ਮੇਰਾ ਡਿਜ਼ਾਈਨ ਬਹੁਤ ਵਾਰ ਦੇਖਿਆ ਹੋਣਾ ਇਹ ਵਾਲਾ ਪੀਚ ਆਪਣਾ ਬਲੈਕ 'ਤੇ ਵੀ ਬਣ ਕੇ ਗਿਆ ਮੋਸਟਲੀ ਪੀਚ 'ਤੇ ਬਣ ਕੇ ਜਾਂਦਾ ਠੀਕ ਹੈ ਇਹ ਇਸ 'ਤੇ ਵੀ ਆਪਾਂ ਸੇਮ ਉਸੇ ਸਟਾਈਲ ਨਾਲ ਵਰਕ ਕੀਤਾ ਹੋਇਆ ਦੈਨ ਉੱਪਰ ਤੱਕ ਵਰਕ ਆਉਂਦਾ ਇਹਦਾ ਇੱਦਾਂ ਐਵੇਂ ਨੀਚੇ ਸਾਰਾ ਪੈਨਲ 'ਚ ਵਰਕ ਹੋ ਕੇ ਜਾਂਦਾ ਇਹਦੇ ਸਲੀਵਸ ਵੀ ਬਹੁਤ ਸੋਹਣੀਆਂ ਬਣੀਆਂ ਹੋਈਆਂ ਆ ਇਹਦੇ ਸਲੀਵਸ 'ਤੇ ਵਰਕ ਆਉਂਦਾ ਆ ਵਾਲਾ ਵਰਕ ਇਹਦੀ ਸਲੀਵਸ 'ਤੇ ਇਹਦੀ ਆਹ ਲੁੱਕ ਹੁੰਦੀ ਹੈ ਐਗਜੈਕਟ ਸੂਟ ਦੀ ਇੱਦਾਂ ਲਾਈਨ ਸਟਾਈਲ 'ਚ ਵਰਕ ਹੋਇਆ ਹੋਇਆ ਦੁਪੱਟਾ ਵੀ ਮਸਲੀਨ 'ਤੇ ਆ ਮਸਲੀਨ ਸਟੱਫ 'ਤੇ ਆ ਅਤੇ ਦੁਪੱਟੇ 'ਤੇ ਵੀ ਆਪਾਂ ਨੇ ਫੋਰ ਸਾਈਡ ਕੱਟ ਵਰਕ ਦਿੱਤਾ ਹੋਇਆ ਨੈਕਸਟ ਜਿਹੜਾ ਸੂਟ ਹੈ ਉਹ ਹੈਗਾ ਰੋਸਲਿਕ ਫੈਬਰਿਕ 'ਤੇ ਐਂਡ ਇਹ ਵੀ ਆਪਣਾ ਡਿਜ਼ਾਈਨ ਬਹੁਤ ਜ਼ਿਆਦਾ ਡਿਮਾਂਡ 'ਚ ਸੀਗਾ ਮਤਲਬ ਇਹ ਜਿਹੜੇ ਵੀ ਡਿਜ਼ਾਈਨ ਆ ਮੈਂ ਸਾਰੇ ਆਪਣੇ ਬਹੁਤ ਜ਼ਿਆਦਾ ਡਿਮਾਂਡ 'ਚ ਸੀ ਜਿਹੜੇ ਉਹ ਡਿਜ਼ਾਈਨਸ ਨੇ ਜਿਹੜੇ ਰਿਪੀਟ 'ਚ ਜਾ ਰਹੇ ਆਪਣੇ ਇਹ ਆਪਾਂ ਔਰਗੈਂਜ਼ਾ ਲਾ ਕੇ ਪੈਚ ਵਰਕ ਕੀਤਾ ਹੋਇਆ ਮਸ਼ੀਨੀ ਵਰਕ ਹੋਇਆ ਹੋਇਆ ਸਿਲਕ ਫੈਬਰਿਕ ਇਹਦਾ ਸੇਮ ਥਿੰਗ ਆਪਾਂ ਨੇ ਕੀਤੀ ਆ ਉਹਦੇ 'ਤੇ ਸਲੀਵਸ 'ਤੇ ਸਿਲਕ ਫੈਬਰਿਕ ਉੱਤੇ ਬਣਿਆ ਹੋਇਆ ਆਪਾਂ ਪਲੇਨ 'ਤੇ ਵੀ ਬਣਾ ਸਕਦੇ ਹਾਂ ਜਿਹੜਾ ਨੈਕਸਟ ਸੂਟ ਹੈ ਆਪਣਾ ਉਹ ਹੈ ਬੇਬੀ ਪਿੰਕ ਕਲਰ 'ਤੇ ਆਹ ਡਿਜ਼ਾਈਨ ਵੀ ਤੁਸੀਂ ਦੇਖਿਆ ਹੋਣਾ ਮੇਰਾ ਪੀਕੋਕ ਬਲੈਕ ਹਰੇਕ ਟੋਨ 'ਤੇ ਬਣ ਕੇ ਗਿਆ ਆਪਣਾ ਇਹ ਨੈਕ ਬਣ ਗਿਆ ਨੈਕ 'ਤੇ ਆਪਾਂ ਨੇ ਬਟਨਸ ਦਿੱਤੇ ਹੋਏ ਆ ਪ੍ਰੋਪਰ ਇਹ ਸਲੀਵਸ ਹੈ ਸਲੀਵਸ 'ਤੇ ਪਿੰਟਰੈਕਸ ਦਿੱਤੇ ਹੋਏ ਆ ਐਂਡ ਦੈਨ ਲੇਸ ਹੈ ਨੈੱਟ ਦੀ ਇੰਬੋਡਰੀ ਵਾਲੀ ਲੇਸ ਹੈ ਸ਼ਰਟ 'ਤੇ ਸੇਮ ਫਰੰਟ 'ਤੇ ਪਿੰਟੈਕਸ ਜਾ ਰਹੇ ਨੇ ਨੀਚੇ ਤੱਕ ਠੀਕ ਹੈ ਨੀਚੇ ਐਂਡ ਲੇਸ ਦਿੱਤੀ ਹੋਈ ਆ ਫਰੰਟ ਬੈਕ ਲੇਸ ਦਿੱਤੀ ਹੋਈ ਆ ਸੇਮ ਥਿੰਗ ਬੈਕ 'ਤੇ ਆ ਜਿਵੇਂ ਫਰੰਟ 'ਤੇ ਡਿਜ਼ਾਈਨ ਹੈ ਸੇਮ ਬੈਕ 'ਤੇ ਆ ਪਿੰਟੈਕਸ ਵਾਲਾ ਐਂਡ ਇਹਦੀ ਸਲਵਾਰ 'ਤੇ ਵੀ ਇੱਦਾਂ ਹੀ ਪਿੰਟੈਕਸ ਐਂਡ ਲੇਸ ਆਉਂਦੀ ਹੈ ਐਂਡ ਜਿਹੜਾ ਇਹਦਾ ਦੁਪੱਟਾ ਉਹ ਹੈਗਾ ਔਰਗੈਂਜ਼ਾ ਫੈਬਰਿਕ 'ਚ ਇਹ ਸਾਰਾ ਸਿੱਪੀ ਦਾ ਡਿਜ਼ਾਈਨ ਬਣਿਆ ਸੋਰੀ ਜ਼ਰੀ ਦਾ ਡਿਜ਼ਾਈਨ ਬਣਿਆ ਹੋਇਆ ਦੁਪੱਟੇ 'ਤੇ ਸਿੱਪੀ ਐਂਡ ਜ਼ਰੀ ਦੁਪੱਟੇ 'ਤੇ ਬੇਬੀ ਪਿੰਕ ਸ਼ੇਡ ਹੈ ਫੋਰ ਸਾਈਡ ਆਪਾਂ ਇਹ ਵਾਲੀ ਲੇਸ ਦਿੱਤੀ ਹੋਈ ਇਹਦੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੋਈ ਹੈ ਫੋਰ ਸਾਈਡ ਇਹ ਸੂਟ 'ਤੇ ਜਿਹੜਾ ਆਪਣੇ ਇਹ ਸੂਟ ਆ ਇਹ ਗ੍ਰੀਨ ਸ਼ੇਡ 'ਤੇ ਆ ਕਰੇਪ ਫੈਬਰਿਕ 'ਤੇ ਬਣਿਆ ਹੋਇਆ ਇਹਦੇ 'ਤੇ ਆਪਾਂ ਨੇ ਘੇਰੇ 'ਤੇ ਮਸ਼ੀਨੀ ਇੰਬੋਇਡਰੀ ਕੀਤੀ ਹੋਈ ਆ ਤਿੱਲਾ ਐਂਡ ਪਿੰਕ ਕਲਰ ਦੇ ਕੋਂਬੀਨੇਸ਼ਨ ਨਾਲ ਇਹਦੇ ਘੇਰੇ 'ਤੇ ਕਟ ਵਰਕ ਹੁੰਦਾ ਕਟ ਵਰਕ ਨਾਲ ਪ੍ਰੋਪਰ ਬੁੱਟੀ ਹੁੰਦੀ ਹੈ ਦੈਨ ਇਹ ਮਤਲਬ ਘੇਰੇ 'ਤੇ ਵਰਕ ਆ ਜਾਂਦਾ ਠੀਕ ਆ ਅਤੇ ਦੈਨ ਸੇਮ ਹੀ ਵਰਕ ਇਹਦੀ ਬੋਟਮ 'ਤੇ ਆ ਸਲਵਾਰ ਉੱਤੇ ਐਂਡ ਫਿਰ ਇਹ ਕਟ ਵਰਕ ਦਿੱਤਾ ਹੋਇਆ ਪਿੰਕ ਇੰਬੋਇਡਰੀ ਨਾਲ ਤਾਂ ਆਪਾਂ ਨੇ ਦੁਪੱਟੇ 'ਤੇ ਇੱਦਾਂ ਇਹਦੀ ਲੁੱਕ ਹੁੰਦੀ ਹੈ ਕਰੇਪ ਦਾ ਸੂਟ ਆ ਇਹ ਦੇਖੋ ਐਵੇਂ ਦੀ ਲੁੱਕ ਹੁੰਦੀ ਆ ਅਤੇ ਜਿਹੜਾ ਨੈਕਸਟ ਸੂਟ ਹੈ ਆਪਣਾ ਉਹ ਹੈ ਚੈਰੀ ਸ਼ੇਡ 'ਤੇ ਇਹਦਾ ਫੈਬਰਿਕ ਹੈਗਾ ਗਾ ਪਿਓਰ ਟਵਿਲ ਪਸ਼ਮੀਨਾ ਇਹ ਬਿਲਕੁਲ ਹੀ ਪਿਓਰ ਵਾਲਾ ਪਸ਼ਮੀਨਾ ਇਹਦੇ 'ਤੇ ਆਪਾਂ ਨੇ ਪ੍ਰਿੰਟ ਸੂਟ ਹੈ ਬਟ ਇਹਦੇ 'ਚ ਇਹਦੀ ਸ਼ਾਈਨ ਬਹੁਤ ਹੁੰਦੀ ਹੈ ਸਟੱਫ ਦੀ ਇਹਦੇ 'ਤੇ ਆਪਾਂ ਨੇ ਕੀ ਕੀਤਾ ਹੋਇਆ ਸਾਰੀ ਹਾਈਲਾਈਟਿੰਗ ਕਰਵਾਈ ਹੋਈ ਹੈ ਜਿੰਨੀ ਵੀ ਆ ਦੇਖੋ ਇਹ ਥਰੈਡ ਨਾਲ ਸਾਰੀ ਹਾਈਲਾਈਟਿੰਗ ਹੋਈ ਹੋਈ ਆ ਰਹੀ ਨਾ ਦੈਨ ਇੱਥੇ ਪਿੰਕ ਕਲਰ ਦੀ ਹਾਈਲਾਈਟਿੰਗ ਹੈ ਦੈਨ ਜ਼ਰੀ ਗੋਲਡਨ ਕਲਰ ਦੀ ਹਾਈਲਾਈਟਿੰਗ ਹੈ ਸਾਰੀ ਸ਼ਰਟ ਦੇ ਫਰੰਟ 'ਤੇ ਨਾ ਆਹ ਦੇਖੋ
अगर आप ध्यान न देखिए सारी शर्ट की फ्रंट पर तो हाईलाइटिंग हुई हुई है इस चीज़ ना चैरी शेड एंड बहुत सोहना प्रिंट आ एंड स्टफ प्योर पशमीने च ड्रैकलिंग होएगा स्टफ ट्वेल पशमीना है थोड़ा सिल्क बेस से आ होप सो तुहानू अज वाली कलैक्शन भी बहुत वधिया लगी होगी एंड जिहड़े भी अपने सूट्स हुंदे आ जरूरी नहीं कि तुसीं इही सेम मटीरियल ते कस्टमाइज़ करवाने आ तुसीं किसी भी स्टफ ते कस्टमाइज़ करवा सकते हो डिज़ाइन एड ऑन भी करवा सकते हो डिज़ाइन नू आपां मिनीमाइज़ भी कर सकते हो तुसीं आपके अकॉर्डिंग कस्टमाइज़ करवा सकते हो ईवन कि आपके डिज़ाइन भी सेंड करके कस्टमाइज़ कर सकते हो एंड सारिआं दा बहुत बहुत थैंक यू इन्ना वधिया रिस्पोंस देने वास्ते वीडियोज़ नू इन्ना सारे सूट्स नू लाइक करने वास्ते थैंक यू।